ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਜੀ ਮੈਂ ਤੁਸੀਂ ਜਾਣਦੇ ਹੋ ਮੇਰੇ ਪੇਜ 'ਤੇ ਅਸੀਂ ਲਾਈਵ ਹਾਂ ਅਤੇ ਅੱਜ ਮੈਂ ਬਹੁਤ ਹੀ ਖਾਸ ਮਕਸਦ ਨਾਲ ਲਾਈਵ ਆਇਆ ਕਿ ਅਸੀਂ ਲਾਈਫ 'ਚ ਮਿਹਨਤ ਕਰਦੇ ਹਾਂ ਬਹੁਤ ਕੁਛ ਚੀਜ਼ ਅਚੀਵ ਕਰਨ ਵਾਸਤੇ ਬੜੀ ਸਾਡੀ ਕਈ ਸਾਰੇ ਸਾਡੇ ਗੋਲਜ਼ ਨੇ ਅਸੀਂ ਉਹ ਪੂਰੇ ਕਰਨੇ ਹੁੰਦੇ ਆ ਅਤੇ ਅਸੀਂ ਬਹੁਤ ਕਰੜੀ ਮਿਹਨਤ ਕਰਦੇ ਹਾਂ ਬਹੁਤ ਜ਼ਿਆਦਾ ਜੀ ਤੋੜ ਮਿਹਨਤ ਕਰਦੇ ਹਾਂ ਅਤੇ ਉਹ ਮਿਹਨਤ ਜਦੋਂ ਰੰਗ ਲਿਆਉਂਦੀ ਹੈ ਤਾਂ ਫਿਰ ਅਸੀਂ ਸਭ ਤੋਂ ਪਹਿਲਾਂ ਤਾਂ ਵਧੀਆ ਘਰ ਬਣਾਉਂਦੇ ਹਾਂ ਫਿਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਲ ਅੱਛੀ ਗੱਡੀ ਹੋਵੇ ਅੱਛੀ ਕਾਰ ਹੋਵੇ ਜਾਂ ਅੱਛੀ SUV ਹੋਵੇ ਅਤੇ ਆਪਣੀ ਕਮਾਈ ਦੇ ਜ਼ਰੀਏ ਨਾਲ ਲੋਕ ਫਿਰ ਗੱਡੀਆਂ ਵੀ ਲੈਂਦੇ ਨੇ ਮੈਂ ਵੀ ਬਹੁਤ ਸਾਰੀਆਂ ਗੱਡੀਆਂ ਲਈਆਂ ਪਰ ਇੱਕ ਗੱਡੀ ਮੇਰੀ ਫੇਵਰੇਟ ਕਾਰ ਸੀ ਜੈਗੁਆਰ ਉਹ ਮੈਂ ਜੈਗੁਆਰ ਲਈ ਸੀ ਅਤੇ ਇੱਕ 1.5 ਸਾਲ ਦੋ ਢਾਈ ਸਾਲ ਹੋ ਗਏ ਸੀ ਮੇਰੇ ਕੋਲ ਅਤੇ ਉਹਦੀ ਡਿਟੇਲਿੰਗ ਨਹੀਂ ਸੀ ਹੋਈ ਅਤੇ ਉਹਦੀ ਡਿਟੇਲਿੰਗ ਜਿਹੜੀ ਕੀਤੀ ਹੈ ਉਹ ਸਾਡੇ ਨੋਰਟਨ ਯਾਨੀ ਕਿ ਇੱਕ ਬਹੁਤ ਵੱਡਾ ਬ੍ਰਾਂਡ ਹੈ ਨੋਰਟਨ ਅਤੇ ਉਹਦੇ ਵਿੱਚੋਂ ਸਾਡੇ ਸਾਰਥਕ ਜੀ ਅਤੇ ਇੱਕ ਸਾਡੇ ਪ੍ਰਵੀਨ ਭਾਅ ਜੀ ਆਏ ਨੇ ਜਿਨ੍ਹਾਂ ਨੇ ਮੇਰੀ ਗੱਡੀ ਨੂੰ ਇੱਦਾਂ ਮੈਨੂੰ ਲੱਗਣ ਲੱਗ ਪਿਆ ਕਿ ਜਿੱਦਾਂ ਮੈਂ ਨਾ ਹੁਣੇ ਸ਼ੋਰੂਮ 'ਚੋਂ ਕਢਾ ਕੇ ਲਿਆਂਦੀ ਮੇਰੀ ਗੱਡੀ ਦੀ ਇਹਨਾਂ ਨੇ ਡਿਟੇਲਿੰਗ ਕੀਤੀ ਔਰ ਬੜੇ ਬੜੇ ਧਮਾਕੇਦਾਰ ਤਰੀਕੇ ਨਾਲ ਉਹਦਾ ਹਰ ਪਾਰਟ ਉਹਦਾ ਹਰ ਚੀਜ਼ ਇੱਦਾਂ ਕਰ ਦਿੱਤੀ ਵੀ ਜਿੱਦਾਂ ਹੁਣੇ ਮੈਂ ਨਵੀਂ ਕਢਾ ਕੇ ਲਿਆਇਆ ਆਈ ਐਮ ਕਲੀਨ ਐਵਰੀਥਿੰਗ ਇਜ਼ ਕਲੀਨ ਨਾਓ ਅਤੇ ਪ੍ਰਵੀਨ ਜੀ ਮੈਂ ਚਾਹਾਂਗਾ ਤੁਸੀਂ ਥੋੜ੍ਹਾ ਜਿਹਾ ਚਾਨਣਾ ਪਾਓ ਕਿ ਆਪਣੀ ਜਿਹੜੀ ਕੰਪਨੀ ਆ ਨੋਰਟਨ ਉਹ ਕੀ ਕਰਦੀ ਹੈ ਕਿਵੇਂ ਗੱਡੀਆਂ ਦੀ ਟੇਕ ਕੇਅਰ ਕਰਦੀ ਹੈ ਕਿੱਦਾਂ ਗੱਡੀਆਂ ਨੂੰ ਵਧੀਆ ਬਣਾਉਣ 'ਚ ਕੀ ਉਹਨਾਂ ਦਾ ਰੋਲ ਹੈ ਨਮਸਕਾਰ ਮੇਰੀ ਤਰਫ ਸੇ ਥੋੜ੍ਹੀ ਜਿਹੀ ਪੰਜਾਬੀ ਕੰਮ ਆਤੀ ਹੈ ਨੋ ਪ੍ਰੋਬਲਮ ਮੈਂ ਮਾਸਟਰ ਜੀ ਕੇ ਜਿਤਨੇ ਵੀ ਫਾਲੋਅਰਸ ਹੈ ਜਿਤਨੇ ਵੀ ਫੈਨਸ ਹੈ ਪਹਿਲੇ ਤਾਂ ਉਨਸੇ ਰਿਕੁਐਸਟ ਕਰੂੰਗਾ ਕਿ ਗਾੜੀ ਬੜੀ ਸੇਫਲੀ ਡਰਾਈਵ ਕਰੇ ਔਰ ਜੋ ਸੈਂਟਰਲ ਗਵਰਨਮੈਂਟ ਕੇ ਕੋਰੋਨਾ ਨੋਰਮਸ ਹੈ ਉਨਕੋ ਫਾਲੋ ਕਰੇ ਹਮ ਲੋਗੋਂ ਨੇ ਮਾਸਕ ਨਹੀਂ ਲਗਾਇਆ ਹੁਆ ਉਸਕਾ ਰੀਜ਼ਨ ਹੈ ਕਿ ਹਮ ਇੱਕ ਸੇਫ ਇਨਵਾਇਰਮੈਂਟ ਮੇਂ ਬੈਠੇ ਹੋਏ ਹੈ ਹਾਈਜੀਨਿਕ ਇਨਵਾਇਰਮੈਂਟ ਮੇਂ ਬੈਠੇ ਹੋਏ ਹੈ ਜੀ ਜੀ ਬਟ ਮੈਂ ਮਾਸਟਰ ਜੀ ਕੇ ਜਿਤਨੇ ਵੀ ਫਾਲੋਅਰਸ ਹੈ ਉਨਸੇ ਰਿਕੁਐਸਟ ਕਰੂੰਗਾ ਕਿ ਮਾਸਕ ਜ਼ਰੂਰ ਪਹਿਨੇ ਹਾਂ ਜਬ ਵੀ ਕੋਈ ਜ਼ਰੂਰਤ ਨਾ ਹੋ ਬਿਨਾਂ ਕਾਮ ਕੇ ਘਰ ਸੇ ਬਾਹਰ ਨਾ ਨਿਕਲੇ ਔਰ ਨਿਕਲੇ ਤੋ ਕੋਰੋਨਾ ਨੋਰਮਸ ਕਾ ਪੂਰਾ ਫਾਲੋ ਕਰੇ ਜੀ ਜੀ ਹਮਨੇ ਹਮ ਲੋਗ ਮਾਸਟਰ ਜੀ ਕਾ ਥੈਂਕ ਯੂ ਕਰੇਂਗੇ ਕਿ ਇਨਹੋਨੇ ਹਮਾਰੇ ਕੋ ਮੌਕਾ ਦੀਆ ਆਪਣੀ ਗਾੜੀ ਕੋ ਨੋਰਟਨ ਕੀ ਸਰਵਿਸਿਜ਼ ਦੇਨੇ ਕੇ ਲੀਏ ਹਾਊਸ ਆਫ ਡਿਟੇਲਿੰਗ ਨੇ ਆਜ ਪੂਰਾ ਦਿਨ ਲਗਾ ਕੇ ਮਾਸਟਰ ਜੀ ਕੀ ਗਾੜੀ ਕੋ ਪੂਰਾ ਰਿਸਟੋਰ ਕੀਆ ਹੈ ਔਰ ਹਮ ਰਿਕੁਐਸਟ ਕਰੇਂਗੇ ਮਾਸਟਰ ਜੀ ਸੇ ਕਿ ਜਿਸ ਤਰ੍ਹਾਂ ਸੇ ਨੋਰਟਨ ਟੀਮ ਨੇ ਇਨਕੀ ਗਾੜੀ ਕੀ ਕੇਅਰ ਕੀ ਹੈ ਆਪਕੀ ਟੀਮ ਵੀ ਉਸ ਗਾੜੀ ਕੋ ਲੌਂਗ ਟਰਮ ਕੇ ਲਈ ਕੇਅਰ ਕਰੇ ਬਿਲਕੁਲ ਜੀ ਆਜ ਹਮਨੇ ਮਾਸਟਰ ਜੀ ਕੀ ਗਾੜੀ ਪੇ ਸੈਰਾਮਿਕ ਕੋਟਿੰਗ ਪ੍ਰੋਸੈਸ ਕੀਆ ਹੈ ਅੱਛਾ ਜੀ ਔਰ ਹਮਨੇ ਪੂਰੀ ਕੀ ਪੂਰੀ ਪ੍ਰੋਡਕਟ ਰੇਂਜ ਇੰਜਨ ਕੋਟਿੰਗ ਡਰਾਈ ਕਲੀਨਿੰਗ ਵੈਕਿਊਮ ਕਲੀਨਿੰਗ ਸਾਇਲੈਂਸਰ ਕੋਟਿੰਗ ਵਗੈਰਾ ਪੂਰਾ ਟ੍ਰੀਟਮੈਂਟ ਕੀਆ ਹੈ ਹਾਊਸ ਆਫ ਡਿਟੇਲਿੰਗ ਨੇ ਕੀਆ ਹਾਂਜੀ 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 ਇਹ ਹਮਾਰੇ ਪਾਰਟਨਰ ਹੈ ਹਾਊਸ ਆਫ ਡਿਟੇਲਿੰਗ ਮਿਸਟਰ ਸਾਰਥਕ ਸਾਰਥਕ ਜੀ ਤੁਸੀਂ ਵੀ ਥੋੜਾ ਜਿਹਾ ਨਕਾਬ ਥੱਲੇ ਕਰ ਲਓ ਮੈਂ ਇਹ ਕਹਿਣਾ ਚਾਹੁੰਗਾ ਕਿ ਜੋ ਵੀ ਕਹੀ ਨਈ ਕਾਰ ਲੈਤਾ ਹੈ ਜਾਂ ਵਿਦ ਇਨ 1 or 2 ਇਅਰਸ ਉਨਕੋ ਆਪਣੀ ਕਾਰ ਪੇ ਕੋਟਿੰਗ ਕਰਵਾ ਲੈਣੀ ਚਾਹੀਏ ਵੋ ਇਸਲੀਏ ਕਿ ਕੋਟਿੰਗ ਸੇ ਕਿਆ ਹੋਤਾ ਹੈ ਕਿ ਇੱਕ ਪੇਂਟ ਪੇ ਲੇਅਰ ਬਣ ਜਾਤੀ ਹੈ ਜਿਸਸੇ ਕਿਆ ਹੋਤਾ ਹੈ ਕਿ ਹਮਾਰੀ ਕਾਰ ਕਾ ਪੇਂਟ ਪ੍ਰੋਟੈਕਟਰ ਰਹਤਾ ਹੈ ਔਰ ਹਮੇ ਬਾਰ ਬਾਰ ਕੰਪਾਊਂਡ ਪੋਲਿਸ਼ ਰਬਿੰਦ ਕਰਵਾਨੀ ਪੜਤੀ ਹੈ ਜਿਸਕੇ ਕਾਰਨ ਹਮਾਰੀ ਪੇਂਟ ਕੀ ਡੈਂਸਿਟੀ ਲੋ ਹੋ ਜਾਤੀ ਹੈ ਤੋ ਸੈਰਾਮਿਕ ਕੋਟਿੰਗ ਬਹੁਤ ਅੱਜ ਕੱਲ ਟ੍ਰੈਂਡ ਮੇ ਵੀ ਹੈ ਔਰ ਹਮੇ ਕਰਵਾਨੀ ਚਾਹੀਏ ਬਟ ਜਬ ਵੀ ਹਮ ਸੈਰਾਮਿਕ ਕੋਟਿੰਗ ਕਰਵਾਨੀ ਚਾਹੀਏ ਹਮੇ ਇੱਕ ਬ੍ਰਾਂਡ ਔਰ ਇੱਕ ਅੱਛੀ ਜਗ੍ਹਾ ਸੇ ਕਰਵਾਨੀ ਚਾਹੀਏ ਤੋ ਉਸਕਾ ਹੀ ਬੈਨੀਫਿਟ ਹੈ ਬਾਕੀ ਸਰ ਮੈਂ ਆਪਸੇ ਜਾਣਾ ਚਾਹੂੰਗਾ ਆਪਕੋ ਕਾਮ ਕੈਸਾ ਲਗਾ ਮੈਨੇ ਗਾੜੀ ਆਪਣੀ ਦੇਖੀ ਔਰ ਮੁਝੇ ਵਿਸ਼ਵਾਸ ਨਹੀਂ ਹੋਇਆ ਕਿ ਇਹ ਮੇਰੀ ਗਾੜੀ ਹੈ ਕਿਉਂਕਿ ਹਮ ਜੋ ਕਲਾਕਾਰ ਲੋਕ ਹੋਤੇ ਹੈ ਹਮ ਅਲੱਗ ਅਲੱਗ ਜਗ੍ਹਾਓਂ ਪੇ ਅਲੱਗ ਅਲੱਗ ਪਿੰਡੋਂ ਮੇ ਸ਼ਹਿਰੋਂ ਪਿੰਡੋਂ ਮੀਨਸ ਵਿਲੇਜਸ ਉਸਮੇ ਜਾਤੇ ਹੈ ਸਿਟੀਜ਼ ਮੇ ਜਾਤੇ ਹੈ ਤੋ ਹਮਾਰੀ ਗਾੜੀ ਕਾਫੀ ਗੰਦੀ ਰਹਿਤੀ ਹੈ ਬਾਹਰ ਸੇ ਹਮ ਰੋਜ਼ ਦੁਲਵਾਤੇ ਹੈ ਰੋਜ਼ ਇਸਕੋ ਕੰਪਾਊਂਡਿੰਗ ਕਰ ਯੇ ਕਰ ਵੋ ਕਰ ਪਰ ਇਹ ਜੋ ਦੋ ਭਾਈ ਆਏ ਹੋਏ ਹੈ ਨਾ ਇਹਨੋਨੇ ਹਾਊਸ ਆਫ ਡਿਟੇਲਿੰਗ ਨੇ ਇਤਨੀ ਡਿਟੇਲ ਮੇ ਮੇਰੀ ਗਾੜੀ ਕੋ ਅੱਛਾ ਕਰ ਦਿਆ ਕਿ ਮੈਂ ਆਪਕੋ ਬਤਾ ਨਹੀਂ ਸਕਦਾ ਸੋ ਮੇਰੀ ਆਪ ਸਬਸੇ ਦਰਖਾਸਤ ਹੈ ਰਿਕੁਐਸਟ ਹੈ ਜਿਨਕੇ ਪਾਸ ਅੱਛੀ ਅੱਛੀ ਗਾੜੀਆਂ ਹੈ ਗਾੜੀਆਂ ਸਭੀ ਅੱਛੀ ਹੋਤੀ ਹੈ ਜੋ ਵੀ ਜਿਸਕਾ ਰਥ ਜੈਸਾ ਹੈ ਵੋ ਅੱਛਾ ਹੀ ਹੈ ਔਰ ਜਿਸਕੇ ਪਾਸ ਜੋ ਵੀ ਗਾੜੀ ਹੈ ਵੋ ਆਪਣੀ ਗਾੜੀ ਕੀ ਅਗਰ ਡਿਟੇਲਿੰਗ ਕਰਵਾਉਣਾ ਚਾਹਤਾ ਹੈ ਜੈਸੇ ਬਹੁਤ ਬੜੀ ਬੜੀ ਗਾੜੀਆਂ BMW ਮਰਕ ਹੈ ਜਾਂ ਜੈਸੇ ਮੇਰੀ ਜੈਗੁਆਰ ਹੈ ਜਾਂ ਰੇਂਜ ਰੋਵਰ ਹੈ ਜਾਂ ਕੋਈ ਔਰ ਵੀ ਬਹੁਤ ਸਾਰੀ ਗਾੜੀਆਂ ਹੈ ਜੋ ਵੋ ਮੇਰੇ ਭਾਈ ਸਾਰਥਕ ਔਰ ਪ੍ਰਵੀਨ ਕਰਤੇ ਹੈ ਉਸਕੀ ਡਿਟੇਲਿੰਗ ਹਾਊਸ ਆਫ ਡਿਟੇਲਿੰਗ ਹਮਾਰਾ ਜੋ ਇਨਕੀ ਜੋ ਜੋ ਸ਼ੋਰੂਮ ਹੈ ਵੋ ਕਹਾਂ ਹੈ ਸਰ ਨੀਅਰ ਪ੍ਰੈਜ਼ੀਡੈਂਟ ਰੋਡ ਨਿਊ ਕੋਰਟ
जलंधर नियर प्रेसिडेंट होटल न्यू कोर्ट्स के पास इनका ऑफिस है, इनकी बहुत बड़ी शोरूम है जिसका नाम है हाउस ऑफ डिटेलिंग। तो मैं मेंशन भी करूंगा, टैग भी करूंगा, एक बार जाके मेरी सलाह से जरूर देखिए, आपको मजा ना आए तो मुझे आके पकड़ लेना। लव यू सो मच। एक नॉर्टन कंपनी और हाउस ऑफ डिटेलिंग की तरफ से स्पेशल ऑफर है कि मास्टर जी के जितने भी फॉलोअर्स होंगे अगर वो हमारे स्टूडियो पे काम करवाने आते हैं तो सरामिक या पीपीएफ, ये दो प्रीमियम प्रोसेस हैं, ये जो कोई ट्रीटमेंट करवाएगा तो हमारी तरफ से 3000 का कार मेंटेनेंस किट फ्री दी जाएगी। बट उन्हें मास्टर जी के बारे में उन्हें बताना पड़ेगा, उनका पेज लाइक। अरे बहुत सारे लोग आ जाएंगे आपके पास, बहुत सारे लोग आ जाएंगे, हम भी सब तैयार हैं। अरे अरे लव यू गाइस, थैंक यू। मैं टैग करूंगा भाई लोगों को हाउस ऑफ डिटेलिंग, आपने एक बार जरूर विजिट करना है। जो मेरा नाम लेगा वहां जाके उसको 3000 की कार केयर असेसरी उसको मिलेगी। और लव यू सो मच गाइस, थैंक यू वेरी मच। थैंक यू भाजी, शुक्रिया जी।